ਇਕੱਠੇ ਹੋਏ ਹਾਂ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਜਿਹੜਾ ਭਾਰਤ ਦੇ ਲੋਕ ਸਭਾ ਦੇ ਇਲੈਕਸ਼ਨ ਆ ਉਹ ਅਨਾਊਂਸ ਕਰ ਦਿੱਤੇ ਹੈਗੇ 10 ਤਰੀਕ ਨੂੰ ਸ਼ਾਮ ਨੂੰ, ਔਰ ਉਸ ਤੋਂ ਬਾਅਦ ਜਿਹੜਾ ਮਾਡਲ ਕੋਡ ਆਫ ਕੰਡਕਟ ਹੈ ਉਹ ਇਨਫੋਰਸ ਹੋ ਚੁੱਕਿਆ ਹੈਗਾ। ਔਰ ਇਹ ਪੰਜਾਬ ਦਾ ਜਿਹੜੀ ਚੋਣ ਹੋਣੀ ਆ ਲੋਕ ਸਭਾ ਦੀ ਜੀ, ਉਹ 7ਵੇਂ ਫੇਜ਼ ਦੇ ਵਿੱਚ ਹੋਣੀ ਆ। ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੈ 7 ਫੇਜ਼ ਦੇ ਵਿੱਚ ਸਾਰੇ ਕੰਟਰੀ ਦੇ ਵਿੱਚ ਕਰਾਈ ਜਾ ਰਹੀ ਹੈ, ਪੰਜਾਬ ਦੀ 7ਵੇਂ ਫੇਜ਼ 'ਚ ਹੋਣੀ ਹੈ, ਜਿਹਦੀ ਨੋਟੀਫਿਕੇਸ਼ਨ ਜਿਹੜੀ ਆ ਆਫੀਸ਼ੀਅਲ ਉਹ 22 ਅਪ੍ਰੈਲ ਨੂੰ ਕੀਤੀ ਜਾਵੇਗੀ, ਔਰ 22 ਅਪ੍ਰੈਲ ਤੋਂ ਨੋਮੀਨੇਸ਼ਨਸ ਦਾ ਇਹ ਪ੍ਰੋਸੈਸ ਜਿਹੜਾ ਹੈਗਾ ਉਹ ਸ਼ੁਰੂ ਹੋ ਜਾਵੇਗਾ। ਜਿਹੜੇ ਵੀ ਕੋਈ ਉਮੀਦਵਾਰ ਹੋਣਗੇ ਉਹ ਉਸ ਦਿਨ ਤੋਂ ਆਪਣੇ ਕਾਗਜ਼ ਫਾਈਲ ਕਰ ਸਕਦੇ ਹੈਗੇ ਆ। ਔਰ ਜਿਹੜੀ ਲਾਸਟ ਡੇਟ ਆਫ ਨੋਮੀਨੇਸ਼ਨਸ ਹੈਗੀ ਆ ਜੀ ਉਹ 29 ਤਰੀਕ ਹੈਗੀ ਆ, 29/4 ਤੱਕ ਇਹ ਨੋਮੀਨੇਸ਼ਨਸ ਫਾਈਲ ਹੋ ਸਕਦੀਆਂ ਹੈਗੀਆਂ। ਚੋਣ ਦੀ ਜਿਹੜੀ ਡੇਟ ਹੈਗੀ ਆ ਉਹ ਆਪ ਜੀ ਨੂੰ ਪਤਾ ਹੈ ਜੀ ਕਿ ਪੰਜਾਬ ਦੇ ਵਿੱਚ 19 ਮਈ ਨੂੰ ਵੋਟਾਂ ਪੈਣਗੀਆਂ ਜੀ, ਔਰ 23 ਮਈ ਨੂੰ ਇਹਨਾਂ ਦੀ ਗਿਣਤੀ ਹੋਵੇਗੀ ਔਰ ਰਿਜ਼ਲਟ ਆਏਗਾ। ਇਹ ਜਿਹੜਾ ਚੋਣ ਦਾ ਪ੍ਰੋਸੈਸ ਹੈਗਾ ਉਹ ਅਨਾਊਂਸ ਹੋਣ ਤੋਂ ਬਾਅਦ ਮਾਡਲ ਕੋਡ ਆਫ ਕੰਡਕਟ ਆਲਰੇਡੀ ਇਨ ਪਲੇਸ ਆ ਚੁੱਕਿਆ ਹੈਗਾ ਜੀ। ਉਹ ਜਿਹੜੀਆਂ ਵੱਖ ਵੱਖ ਟੀਮਸ ਹੈਗੀਆਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਨਿਰਧਾਰਿਤ ਕੀਤੀਆਂ ਗਈਆਂ ਉਹ ਸਾਰੀਆਂ ਸੈਟਅਪ ਕਰ ਦਿੱਤੀਆਂ ਗਈਆਂ ਹੈਗੀਆਂ, ਉਹਨਾਂ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਹੈਲਪਲਾਈਨ ਹੈ ਜੀ, ਆਪਣਾ ਕੰਟੈਕਟ ਪੁਆਇੰਟ ਹੈਗਾ ਉਹ ਸੈਟਅਪ ਕਰ ਦਿੱਤਾ ਗਿਆ 1950 ਨੰਬਰ, 1950 ਨੰਬਰ ਡਾਇਲ ਕਰਕੇ ਕੋਈ ਵੀ ਵੋਟਰ ਕੋਈ ਵੀ ਸਿਟੀਜ਼ਨ ਆਪਣੇ ਵੋਟ ਬਾਰੇ ਜਾਣਕਾਰੀ ਕੋਈ ਲੈਣਾ ਚਾਹੁੰਦਾ ਜੀ ਆਪਣੇ ਕਿਸੇ ਵੋਟ ਰਿਲੇਟਡ ਕਿਸੇ ਵੀ ਚੀਜ਼ ਨਾਲ, ਤਾਂ ਉਹ 1950 ਨੰਬਰ ਦੇ ਉੱਤੇ ਰਿੰਗ ਕਰ ਸਕਦਾ ਔਰ ਕੋਈ ਵੀ ਜਾਣਕਾਰੀ ਪ੍ਰਾਪਤ ਕਰ ਸਕਦਾ ਜੀ। ਔਰ ਮੇਰੀ ਆਪ ਸਭ ਦੇ ਰਾਹੀਂ ਇਹੀ ਅਪੀਲ ਹੈ ਸਾਰਿਆਂ ਨੂੰ ਕਿ ਜੀ ਆਪਾਂ ਇਹ ਚੋਣਾਂ ਜਿਹੜੀਆਂ ਹੈਗੀਆਂ ਲੋਕ ਸਭਾ ਦੀ ਜਿਹੜੀ ਚੋਣ ਹੈ, ਇੰਡੀਆ ਜਿਸ ਤਰ੍ਹਾਂ ਦੁਨੀਆ ਦਾ ਸਭ ਤੋਂ ਵੱਡਾ ਡੈਮੋਕ੍ਰੇਸੀ ਹੈ, ਸਾਰਿਆਂ ਨਾਲੋਂ ਵੱਡੀ ਡੈਮੋਕ੍ਰੇਸੀ ਹੈ, ਸਭ ਤੋਂ ਵੱਡੀ ਜਮਹੂਰੀਅਤ ਹੈ, ਔਰ ਇਹ ਇੱਕ ਪ੍ਰੋਸੈਸ ਹੈ ਦੁਨੀਆ ਦਾ ਜਿਹੜਾ ਸਾਰਿਆਂ ਨਾਲੋਂ ਵੱਡਾ ਲਾਰਜੈਸਟ ਪ੍ਰੋਸੈਸ ਇਹਨੂੰ ਗਿਣਿਆ ਜਾਂਦਾ, ਉਸ ਨੂੰ ਅਮਨ ਸ਼ਾਂਤੀ ਵਧੀਆ ਤਰੀਕੇ ਦੇ ਨਾਲ ਫੇਅਰ ਔਰ ਫਰੀ ਮੈਨਰ ਦੇ ਵਿੱਚ ਆਪਾਂ ਇਹ ਚੋਣਾਂ ਕੰਡਕਟ ਕਰਾਉਣੀਆਂ ਹੈਗੀਆਂ। ਇਹਦੇ ਵਿੱਚ ਮੈਂ ਸਾਰਿਆਂ ਦਾ ਤੁਹਾਡਾ ਸਹਿਯੋਗ ਮੰਗਦਾ ਹਾਂ।